ਉਹ ਬਹੁਤ ਇੱਕ ਤਾਂ ਦਰਸ਼ਨ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ, ਉਹ ਕਹਿੰਦੇ ਮੈਂ ਬਹੁਤ ਗਦਗਦ ਹੋਇਆ, ਬਹੁਤ ਖੁਸ਼ ਹੋਇਆ, ਮੇਰਾ ਮਨ ਪ੍ਰਸੰਨ ਹੋਇਆ ਔਰ ਮੈਨੂੰ ਇੱਥੇ ਆਣ ਕੇ ਸ਼ਾਂਤੀ ਮਿਲੀ ਹੈ, ਇਹਨਾਂ ਨੇ ਕਿਹਾ। ਦੂਸਰਾ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡੇ ਕੋਲ ਬੰਦੀ ਸਿੰਘਾਂ ਦੇ ਵਾਸਤੇ ਸਾਡਾ ਵਫਦ ਜਾ ਕੇ ਮਿਲਿਆ ਸੀ ਅਤੇ ਬੰਦੀ ਸਿੰਘਾਂ ਦਾ ਮਸਲਾ ਵੀ ਤੁਸੀਂ ਹੱਲ ਕਰ ਦਿਓ। ਉਹ ਕਹਿੰਦੇ ਕਿ ਇੱਕ ਮੈਂ ਸ਼੍ਰੋਮਣੀ ਕਮੇਟੀ ਵਾਲਾ ਮਸਲਾ ਤਾਂ ਜਿਹੜਾ ਸੀ ਉਹ ਹੱਲ ਕੀਤਾ ਅਤੇ ਇਹ ਮਸਲਾ ਵੀ ਜਿਹੜਾ ਹੈ ਇਹਨੂੰ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਜਿਹੜਾ ਹੈ ਉਹ ਵੀ ਮੈਂ ਪੂਰਾ ਜਿਹੜਾ ਹੈ ਉਹ ਜ਼ੋਰ ਦੇ ਕੇ ਜਿਹੜਾ ਨਾ ਲਿਖ ਕੇ ਤਾਂ ਭੇਜੂੰਗਾ। ਸੋ ਸਾਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਜਿਹੜੇ ਇੱਥੇ ਲਫਜ਼ ਚਾਰ ਬੋਲੇ ਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਕਿਹਾ ਸੀ, ਮੈਂ ਉਹ ਪਹਿਲਾਂ ਵੀ ਪਾਸ ਕੀਤਾ ਅਤੇ ਮੈਂ ਬੰਦੀ ਸਿੰਘਾਂ ਦੇ ਵਾਸਤੇ, ਰਿਹਾਈ ਵਾਸਤੇ ਅਤੇ ਰਾਜੋਆਣਾ ਸਾਹਿਬ ਦੀ ਜਿਹੜੀ ਹੈਗੀ ਆ ਡੈਥ ਦਾ ਜਿਹੜਾ ਉਹਨਾਂ ਦਾ ਹੈਗਾ ਹੈ ਉਹਨੂੰ ਵੀ ਉਮਰ ਕੈਦ 'ਚ ਬਦਲਣ ਵਾਸਤੇ ਜਿਹੜਾ ਹੈ ਉਹ ਉਪਰਾਲਾ ਕਰਾਂਗੇ। ਸੋ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਇੱਥੇ ਆ ਕੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਗੱਲ ਹੋਈ ਹੈ ਔਰ ਉਹਨਾਂ ਨੂੰ ਉਹਨਾਂ ਗਾਂਹ ਤੋਰਨ ਵਾਸਤੇ ਜਿਹੜੀ ਗੱਲ ਕੀਤੀ ਹੈ ਉਹਦੇ ਵਾਸਤੇ ਮੈਂ ਉਹਨਾਂ ਦਾ ਗਵਰਨਰ ਸਾਹਿਬ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।